ਜੀ ਦੂਸਰਾ ਮੌਕਾ ਸਭ ਕੋ ਮਿਲਦਾ ਹੈ ਸਾਹਿਬ ਪਹਿਲੀ ਬਾਜੀ ਸਭ ਨੇ ਹਾਰੀ ਹੁੰਦੀ ਹੈ ਸੋ ਮਾਲਵਾ ਬੈਟਲ ਦੇ ਵੀ ਦੇਖ ਰਹੇ ਸਾਰੇ ਦਰਸ਼ਕਾਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਸੋ ਅੱਜ ਆਪਾਂ ਗੱਲ ਕਰਨ ਜਾ ਰਹੇ ਹਾਂ ਇੱਕ ਜਿਹੜੀ ਕੱਲ ਖਬਰ ਰਿਲੀਜ਼ ਹੋਈ ਹੈ ਪੰਜਾਬ ਦੇ ਸੀਐਮ ਵੱਲੋਂ ਆਪਣੀ ਇੱਕ ਫੈਸਲਾ ਦਿੱਤਾ ਗਿਆ ਹੈ ਕਿ ਪੰਜਾਬ ਪੁਲਿਸ ਦੀ ਹਰ ਸਾਲ ਨਵੀਂ ਭਰਤੀ ਵੇਖਣ ਨੂੰ ਮਿਲੇਗੀ ਯਾਨੀ ਕਿ ਹੁਣ ਹਰੇਕ ਨੌਜਵਾਨ ਨੂੰ ਮੌਕਾ ਮਿਲੇਗਾ ਕੀ ਉਹ ਭਰਤੀ ਦੇ ਵਿੱਚ ਮਤਲਬ ਕਿ ਹਿੱਸਾ ਲੈ ਸਕੇ ਹਰ ਸਾਲ ਤਿਆਰੀ ਕਰੇ ਪਲੱਸ 2 ਗ੍ਰੈਜੂਏਸ਼ਨ ਕਰਨ ਤੋਂ ਬਾਅਦ ਬੱਚੇ ਆਪਣੀ ਜੋਬ ਜਿਵੇਂ ਸਟਾਰਟ ਕਰਨਾ ਚਾਹੁੰਦੇ ਆਪਣੇ ਅਕੋਰਡਿੰਗ ਕਰ ਸਕਦੇ ਨੇ ਠੀਕ ਹੈ ਜੀ ਸੋ ਗੱਲ ਇਹ ਡੀਜੀਪੀ ਸਾਹਮਣੇ ਆਪਾਂ ਨੂੰ ਇੱਕ ਇੰਟਰਵਿਊ ਦੇ ਵਿੱਚ ਕਿਹਾ ਹੈ ਕਿ ਪੰਜਾਬ ਵਿੱਚ 1000 ਤੋਂ 1200 ਪੰਜਾਬ ਪੁਲਿਸ ਦੀਆਂ ਹਰੇਕ ਕੈਡਰ ਜਾਂ ਰੈਂਕਸ ਨੂੰ ਲੈ ਕੇ ਰਤियां ਨਿਕਲਣ ਗਿਆ ਠੀਕ ਹੈ ਜੀ ਸੋ ਸਾਰੇ ਮੇਰੇ ਵੀਰਾਂ ਨੂੰ ਬੇਨਤੀ ਹੈ ਕਿ ਵੀਡੀਓ ਨੂੰ ਲਾਈਕ ਜਰੂਰ ਕਰਿਓ ਪੇਜ ਨੂੰ ਵੀ ਸਬਸਕ੍ਰਾਈਬ ਕਰਿਓ ਬਾਕੀ ਗੱਲ ਇਹ ਮੇਰੇ ਵੀਰੋ ਵੀ ਪੰਜਾਬ ਦੇ ਸੀਐਮ ਨੇ ਫੈਸਲਾ ਕਿਉਂ ਲਿੱਤਾ ਹੈ ਇਹ ਤਾਂ ਲਿੱਤਾ ਮੇਰੇ ਵੀਰੋ ਤਾਂ ਕਿ ਆਉਣ ਵਾਲੇ ਟਾਈਮ ਵਿੱਚ ਪੰਜਾਬ ਦਾ ਬੇੜਾ ਗਰਕੇ ਨਾ ਕਿਉਂਕਿ ਹੋਰ ਸਟੇਟਾਂ ਦੇ ਬੰਦੇ ਜਿਵੇਂ ਕਿ ਯੂਪੀ ਬਿਹਾਰ ਜਾਂ ਫਿਰ ਹੋਰ ਸਟੇਟਾਂ ਦੇ ਬੰਦੇ ਆ ਕੇ ਇੱਥੇ ਕੰਮ ਕਰ ਰਹੇ ਨੇ ਜਿਸ ਕਰਕੇ ਪੰਜਾਬ ਦੇ ਜਿਹੜੇ ਨੌਜਵਾਨਾਂ ਦਾ ਹਾਲ ਬੜਾ ਮਾੜਾ ਹੋ ਗਿਆ ਉਹ ਬਾਹਰਲੇ ਮੁਰਕਾਂ ਨੂੰ ਤੁਰ ਰਹੇ ਨੇ ਤੇ ਨਾਲ ਹੀ ਨਸ਼ਿਆਂ ਵਿੱਚ ਲੱਗ ਰਹੇ ਨੇ ਜਿਹੜੇ ਜਿੰਨਾਂ ਕੋਲ ਪੈਸੇ ਹੈਣਗੇ ਉਹ ਨਸ਼ੇ ਪੱਤੇ ਕਰਕੇ ਪੁੱਠੇ ਸਿੱਦੇ ਕੰਮਾਂ ਵਿੱਚ ਪੈ ਜਾਂਦੇ ਨੇ ਜਿਸ ਕਰਕੇ ਘਰਦਿਆਂ ਨੂੰ ਕਾਲਾ ਮੂੰਹ ਕਰਾਣਾ ਪੈ ਜਾਂਦਾ ਤੇ ਕਈ ਵਾਰ ਤਾਂ ਘਰਦਿਆਂ ਨੂੰ ਨੌਜਵਾਨ ਗਵਾਣੇ ਪੈ ਜਾਂਦੇ ਆ ਸੋ ਪੰਜਾਬ ਪੁਲਿਸ ਨੇ ਮਤਲਬ ਕਿ ਇਹ ਭਰਤੀਆਂ ਕੱਢੀਆਂ ਜਾਣ ਗਿਆ ਤੇ ਸੀਐਮ ਵੱਲੋਂ ਇਹ ਫੈਸਲਾ ਬਹੁਤ ਹੀ ਸਹੀ ਤੇ ਸੁਚੱਜੇ ਢੰਗ ਨਾਲ ਲਿੱਤਾ ਹੈ ਕਿ ਪੰਜਾਬ ਦਾ ਹਰ ਨੌਜਵਾਨ ਜੇਕਰ ਉਹ ਡਿਫੈਂਸ ਵਿੱਚ ਜਾਣਾ ਚਾਹੁੰਦਾ ਹੈ ਜਿਵੇਂ ਕਿ ਆਰਮੀ ਦੀ ਭਰਤੀ ਜਾਂ ਫਿਰ ਪੰਜਾਬ ਪੁਲਿਸ ਦੇ ਵਿੱਚ اپنی بھرتی ਲੈਣਾ ਚਾਹੁੰਦਾ ਤਾਂ ਉਹ ਹਰ ਸਾਲ ਮਿਹਨਤ ਕਰੇ ਪੇਪਰ ਕੰਡਕਟ ਹੋਇਆ ਕਰੇਗਾ ਹਰ ਸਾਲ ਠੀਕ ਹੈ ਜੀ ਇਹ ਪੇਪਰ ਮਾਰਚ ਤੋਂ ਲੈ ਕੇ ਜਿਹੜੇ ਕਿ ਜੁਲਾਈ ਤੱਕ ਜਾਂ ਮਤਲਬ ਕਿ ਅਗਸਤ ਤੱਕ ਪੇਪਰ ਹੋਇਆ ਕਰਨਗੇ ਤੇ ਰੈਲਵੇ ਠੀਕ ਹੈ ਜੀ ਹਰ ਸਾਲ ਮਤਲਬ 1200000 ਬੰਦੇ ਦੀ ਭਰਤੀ ਜਿਵੇਂ ਆਰਮੀ ਚ ਹੁੰਦੀ ਹੈ ਉਵੇਂ ਹੋਇਆ ਕਰੇਗੀ ਠੀਕ ਹੈ ਜੀ ਇਹ ਬਹੁਤ ਹੀ ਵਧੀਆ ਫੈਸਲਾ ਲਿਆ ਹੈ ਪੰਜਾਬ ਦੇ ਸੀਐਮ ਵੱਲੋਂ ਤੇ ਮੈਂ ਚਾਹਨਾ ਕਿ ਆਉਣ ਵਾਲੇ ਟਾਈਮ ਵਿੱਚ ਇਹ ਮੁਕੰਮਲ ਹੋਵੇ ਬੱਚੇ ਵੀ ਮਤਲਬ ਕਿ ਯੂਥ ਚੰਗੇ ਕੰਮਾਂ 'ਚ ਪਵੇ ਸਟੇਡੀਆ ਦੇ ਵਿੱਚ ਉਤਰੇ ਵਾਤਵਾਦ ਮੋਬਾਈਲਾਂ ਦੀ ਖੇੜਾ ਛੱਡੇ ਤੇ ਆਪਣਾ ਫਿਊਚਰ ਬਣਾਵੇ ਤੇ ਨਾਲ ਹੀ ਮਾਪਿਆਂ ਮਾਪਿਆਂ ਕੋ ਰਹਿ ਕੇ ਉਹਨਾਂ ਨੂੰ ਮਤਲਬ ਕਿ ਸੇਵਾ ਕਰੇ ਤੇ ਘਰ ਵਿੱਚ ਬਲਦੀ ਅੱਗ ਹੋ ਜੇ ਚੂਲਿਆਂ ਦੇ ਵਿੱਚ ਤੇ ਘਰ ਦੀ ਰੋਟੀ ਖਾਣ ਨਾ ਕਿ ਬਾਹਰਲੇ ਮੁਲਕਾਂ ਵਿੱਚ ਜਾ ਕੇ ਦਿਹਾੜੀਆਂ ਕਰਨ ਤੇ ਔਖੇ ਹੋਣ ਠੰਡ ਦੇ ਵਿੱਚ ਜਿੱਥੇ ਉਹਦਾ ਕਲਾਈਮੇਟ ਆਪਾਂ ਕਦੇ ਸਾਰ ਨਹੀਂ ਸਕਦੇ ਮਤਲਬ ਕਹਿਣ ਦਾ ਪਾਵ ਵੈਸੇ ਤਾਂ ਸਲੂਟ ਹੈ ਉਹਨਾਂ ਮੇਰੇ ਵੀਰਾਂ ਨੂੰ ਜਿਹੜੇ ਬਾਹਰਲੇ ਮੁਲਕਾਂ ਦੇ ਵਿੱਚ ਮਾਪਿਆਂ ਨੂੰ ਪੈਸਾ ਭੇਜਦੇ ਨੇ ਤੇ ਘਰ ਨੂੰ ਤਾਰਦੇ ਨੇ ਪਰ ਮੈਂ ਹੁਣ ਚਾਹਨਾ ਵਾਦ-ਵਦ ਪੰਜਾਬ ਦੀ ਤਰੱਕੀ ਵੀ ਹੋਵੇ ਇੱਥੋਂ ਦੀ ਇਕਨੋਮੀ ਜਿਹੜੀ ਡਿਵੈਲਪ ਹੋਵੇ ਤੇ ਪੰਜਾਬ ਦਾ ਯੂਥ ਪੜ੍ਹ ਲੈ ਕੇ ਵਧੀਆ ਚੰਗੀ ਸੋਚ ਦਾ ਮਾਲਿਕ ਬਣ ਕੇ ਇੱਥੇ ਆਪਣਾ ਫਿਊਚਰ ਸਵਾਰੇ ਤੇ ਆਉਣ ਵਾਲੇ ਸਮੇਂ ਵਿੱਚ ਪੰਜਾਬ ਉਵੇਂ ਹੀ ਖੁਸ਼ਹਾਲ दिखे ਜਿਵੇਂ ਪਿਛਲੇ ਸਮਿਆਂ ਦੇ ਵਿੱਚ ਹੁੰਦਾ ਸੀ ਤੇ ਕਰ ਕਰ ਖੁਸ਼ੀਆਂ ਮਤਲਬ ਮਿਲਣ ਮੈਂ ਤਾਂ ਇਹੀ ਚਾਹਨਾ ਸੋ ਮੈਂ ਇਹੀ ਕਹਿਣਾ ਮੇਰੇ ਵੀਰੋ ਹੋਰ ਨੋਟੀਫਿਕੇਸ਼ਨ ਜੇ ਕੋਈ ਆਂਦਾ ਹੈ ਰਿਲੀਜ਼ ਹੁੰਦਾ ਹੈ ਮੈਂ ਪੇਜ ਤੇ ਤੁਹਾਨੂੰ ਪ੍ਰੋਵਾਈਡ ਕਰਾਵਾਂਗਾ ਸੋ ਵੀਡੀਓ ਨੂੰ ਤੁਸੀਂ ਲਾਈਕ ਕਰਿਓ ਫਰੈਂਡਸ ਨੂੰ ਸ਼ੇਅਰ ਕਰਿਓ ਤੇ ਪੇਜ ਨੂੰ ਸਬਸਕ੍ਰਾਈਬ ਜ਼ਰੂਰ ਕਰਿਆ ਕਰਿਓ ਜੇ ਅਗਰ ਤੁਸੀਂ ਦਿਲੋਂ ਪਿਆਰ ਕਰਦੇ ਹੋ ਮਾਲਵਾ ਬੈਟ ਲਾਈਵ ਨੂੰ ਤੇ ਜੇ ਤੁਸੀਂ ਮੈਨੂੰ ਪਿਆਰ ਕਰਦੇ ਹੋ ਤਾਂ ਤੁਹਾਡੀ ਤੁਸੀਂ ਬਸ ਇਹੀ ਫਰਜ਼ ਹੈ ਤੁਸੀਂ ਲਾਈਕ ਕਰੋ ਸਬਸਕ੍ਰਾਈਬ ਕਰੋ ਤੇ ਵੀਡੀਓ ਨੂੰ ਪੂਰਾ ਜ਼ਰੂਰ ਦੇਖਿਆ ਕਰੋ ਹਰ ਇੱਕ ਵੀਡੀਓ ਦੇ ਵਿੱਚ ਤੁਹਾਨੂੰ ਕੋਈ ਨਾ ਕੋਈ ਮੈਸੇਜ ਵੇਖਣ ਨੂੰ ਮਿਲੇਗਾ ਜੋ ਕਿ ਮੈਂ ਦਿਲ ਤੋਂ ਮੈਸੇਜ ਦਿਨਾ ਕੋਈ ਮੈਨੂੰ ਇਦਾਂ ਹੈ ਨਹੀਂ ਲਾਲਚ ਕਿ ਮੈਂ ਪੈਸੇ ਕਮਾਣਿਆ YouTube ਤੋਂ ਜਾਂ ਕੁਝ ਜੋ ਮੈਨੂੰ ਸਹੀ ਖਬਰ ਹੁੰਦੀ ਹੈ ਮੈਂ ਤੁਹਾਡੇ ਅੱਗੇ ਪ੍ਰੋਵਾਈਡ ਕਰਾਨਾ ਠੀਕ ਹੈ ਜੀ ਕਿਉਂਕਿ ਆਪਣਾ ਮੇਨ ਫਰਜ਼ ਹੈ ਵੀ ਤੁਹਾਡੇ ਲਈ ਕੁਝ ਨਾ ਕੋਈ ਨਵਾਂ ਪੇਜ ਕਰਾਂ ਤੇ ਤੁਹਾਨੂੰ ਮੋਟੀਵੇਟ ਕਰਾਂ ਇਨਕਰੇਜ ਕਰਾਂ ਕਿ ਤੁਸੀਂ ਡਿਫੈਂਸ ਫੋਰਸਸ ਦੇ ਵਿੱਚ ਜਾਓ ਤੇ ਆਪਣਾ ਫਿਊਚਰ ਸਵਾਰੋ ਤੇ ਤੰਦਰੁਸਤ ਰਹੋ ਹਮੇਸ਼ਾ ਤੇ ਖੁਸ਼ੀਆਂ ਮਾਣੋ ਧੰਨਵਾਦ ਜੀ